ਸੇਧੂ ਮੂਸੇ ਵਾਲਾ ਹਾਂ ਜੀ ਉਹ ਦੇਖੋ ਉਹਦੇ ਗਾਣੇ ਬੜੇ ਵਧੀਆ ਰਹੇ ਕੋਈ ਇਹ ਜੀ ਗੱਲ ਨਹੀਂ ਗਰਾਊਂਡ ਲੈਵਲ ਤੋਂ ਉੱਠ ਕੇ ਪਿੰਡ ਵਿੱਚ ਰਿਹਾ ਆ ਹਾਂ ਜੀ ਮਾਤਾ ਪਿਤਾ ਦਾ ਸਤਿਕਾਰ ਪਿੰਡ ਵਿੱਚ ਨੋਰਮਲ ਗਰਾਊਂਡ ਟੂ ਅਰਥ ਕਹਿ ਲਓ ਕੋਈ ਹੰਕਾਰ ਨਹੀਂ ਕੁਛ ਨਹੀਂ ਜੀ ਤੇ ਉਹ ਵਧੀਆ ਸਾਰੇ ਹੀ ਹੁੰਦੇ ਨੇ ਹਰੇਕ ਦਿਨ ਪਰਮਾਤਮਾ ਨੇ ਡਿਊਟੀਆਂ ਲਾਈ ਹੁੰਦੀਆਂ ਬਸ ਇਹ ਹੋਣਾ ਚਾਹੀਦਾ ਹੈ ਵੀ ਜਦੋਂ ਕੋਈ ਅੱਗੇ ਜਾਂਦਾ ਆ ਮਹਾਰਾਜ ਲੈ ਕੇ ਜਾਂਦੇ ਨੇ ਵੀ ਉਹਨੂੰ ਆਪਾ ਸਪੋਰਟ ਕਰੀਏ ਬਸ ਇਹ ਚੀਜ਼ ਆ ਹਨਾ ਦੀ ਇਹ ਨਾ ਇਹ ਇਹ ਜਿਹੜੀ ਗੱਲ ਹੈਗੀ ਇਹ ਹਰ ਇੱਕ ਲਾਈਨ ਚ ਹਰੇਕ ਚ ਮੈਂ ਤੁਹਾਨੂੰ ਦੱਸਦਾ ਪੁਰਾਣੇ ਬੰਦਿਆਂ ਨੂੰ ਇਹ ਹੁੰਦਾ ਆ ਵੀ ਕੋਈ ਜਿਹੜਾ ਛੋਟਾ ਜਾਂ ਨਵਾਂ ਉੱਠਿਆ ਆ ਉਹ ਮੇਰੇ ਅੰਡਰ ਰਹੇ ਇਹ ਹਰੇਕ ਲਾਈਨ ਚ ਤੁਸੀਂ ਕਿਸੇ ਸਕੂਲ ਚੋਂ ਤੁਸੀਂ ਕਿਸੇ ਕਿਤੇ ਜੋਬ ਕਰਦੇ ਹੋ ਕਿਤੇ ਹੋਰ ਹੋ ਇਹ ਹਰੇਕ ਚੀਜ਼ ਆ ਹੁਣ ਹੁਣ ਜਿਹੜਾ ਜੋ ਜਿੱਥੇ ਮੈਂ ਰਣਾ ਆ ਜਾਂ ਸਾਡਾ ਕੋਈ ਏਰੀਆ ਆ ਜਿਹੜੇ ਸਾਡੇ ਪ੍ਰਾਣੇ ਕੋਈ ਹੈਗੇ ਨੇ ਸ਼ਹਿਰ ਦੇ ਵਿੱਚ ਜਾਂ ਹੋਰ ਕੋਈ ਧਾਰਮਿਕ ਲਾਈਨ ਚ ਉਹਨਾਂ ਨੂੰ ਵੀ ਇਹ ਹੀ ਆ ਵੀ ਮੈਂ ਉਹਨਾਂ ਦੇ ਅੰਡਰ ਚੱਲਾਂ ਠੀਕ ਆ ਤੇ ਤੁਸੀਂ ਦੇਖੋ ਪਰ ਆਪਾਂ ਅੰਡਰ ਕਿਹਦੇ ਚੱਲਣਾ ਆ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਹਾਂ ਸਤਿਕਾਰ ਸਾਰਿਆਂ ਦਾ ਇਹ ਹਰੇਕ ਲਾਈਨ ਚ ਪਰ ਐਵੇਂ ਨਹੀਂ ਹੋਣਾ ਚਾਹੀਦਾ ਜਿਹੜਾ ਕੋਈ ਨਵਾਂ ਉੱਠਦਾ ਆ ਜਾਂ ਕੋਈ ਅੱਗੇ ਜਾਂਦਾ ਉਹਨੂੰ ਆਪਾਂ ਸਪੋਰਟ ਕਰੀਏ ਚਾਹੇ ਦਲਜੀਤ ਆ ਉਹਨੂੰ ਦੇਖੋ ਉਤੇ ਉਹਨੂੰ ਸਪੋਰਟ ਕਰੀਏ ਕੋਈ ਗੱਲ ਨਹੀਂ ਉਹ ਦੇਖੋ ਉਹਨੇ ਜਿਹੜਾ ਨਸੀਬ ਨੇ ਉਹਨੂੰ ਕਿੰਨਾ ਕਿਹਾ ਉਹਨੇ ਕਿਹਾ ਵੀ ਪਰਮਾਤਮਾ ਵੀ ਬੁਲਾਉਂਦਾ ਪਰਮਾਤਮਾ ਹੀ ਇਕੱਠ ਕਰਦਾ ਆ ਉਹੀ ਸੁਣ ਨਾਉਂਦਾ ਉਹੀ ਕੁਛ ਹੈ ਨਾ ਗੁਰਬਾਣੀ ਦੀ ਜਿਹੜੀ ਸਿੱਖਿਆ ਟੋਟਲੀ ਡਿਫਰੈਂਟ ਆਮ ਦੁਨੀਆ ਤੋਂ ਜਿੰਨੇ ਵੀ ਸੋਸ਼ਲ ਮੀਡੀਆ ਤੇ ਸਵੇਰ ਨੂੰ ਤੋਂ ਲੈ ਕੇ ਸ਼ਾਮ ਤੱਕ ਵਿਚਾਰ ਆਉਂਦੇ ਨੇ ਕੀ ਆਉਂਦੇ ਨੇ ਜੇ ਤੈਨੂੰ ਕੋਈ ਤੰਗ ਕਰਦਾ ਉਹਨੂੰ ਇਗਨੋਰ ਕਰ ਉਹਨੂੰ ਆਏ ਕਰ ਤੇਰੇ ਮਗਰ ਫਿਰੂ ਉਹ ਫਿਰੂ ਉਹ ਕਰੋ ਹਾਂਜੀ ਜਾਂ ਜਿਵੇਂ ਗਾਣਿਆਂ ਵਿੱਚ ਕਈ ਵਾਰੀ ਚੱਕਦਾਂਗੇ ਫੱਟੇ ਐਂ ਕਰਦਾਂਗੇ ਓਂ ਕਰਦਾਂਗੇ ਤੁਸੀਂ ਦੇਖੋ ਹਾਂਜੀ ਓ ਆਪਾਂ ਕਹਿਦਨੇ ਵੀ ਅਸੀਂ ਸਿੱਖਾਂ ਗੁਰੂ ਸਭ ਨੂੰ ਮੰਨਦੇ ਆਂ ਇੱਕ ਪਾਸੇ ਚੱਕਦਾਂਗੇ ਫੱਟੇ ਐਂ ਕਰਦਾਂਗੇ ਐਂ ਕਰਦਾਂਗੇ ਗੁਰਬਾਣੀ ਦਾ ਸ਼ਬਦ ਆ ਭਗਤ ਫਰੀਦ ਜੀ ਕਹਿੰਦੇ ਨੇ ਫਰੀਦਾ ਜੋ ਤੈ ਮਾਰਨ ਮੁਕੀਆਂ ਤੇ ਨਾ ਨਾ ਮਾਰੈ ਘਮ ਆਪ ਨੜੈ ਕਰ ਜਾਈਆ ਪੈਰ ਤਨ ਦੇ ਚਮ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਦਨਾ ਹੰਡਾਏ ਹੁਣ ਦੱਸੋ ਇੱਕ ਪਾਸੇ ਫਰੀਦਾ ਬੁਰੇ ਦਾ ਭਲਾ ਕਰ ਜੀ ਹਾਂਜੀ ਇੱਕ ਪਾਸੇ ਜਿਹੜਾ ਬੰਦਾ ਬੁਰਾ ਮਿਲਦਾ ਤੱਕਦੇ ਫਟੇ ਆਇਂ ਕਰਦੇ ਆਇਂ ਕਰਦੇ ਠੀਕ ਆ ਇਸ ਕਰਕੇ ਵੀ ਪਰਮਾਤਮਾ ਦੀ ਲਾਈਨ ਟੋਟਲੀ ਡਿਫਰੈਂਟ ਆ ਪਰਮਾਤਮਾ ਵਾਲੀ ਲਾਈਨ ਦੇ ਵਿੱਚ ਤੁਸੀਂ ਸ਼ੁਕਰੇ ਕਰੋਗੇ ਠੀਕ ਆ ਜਿਹੜੀ ਦੂਜੀ ਲਾਈਨ ਆ ਉਹ ਤੁਸੀਂ ਹਲੰਭਈ ਦਮ